ਹਾਂਜੀ ਗਾਈਸ, ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ। ਇਹ ਜਿਹੜੀ ਪਹਿਲਾਂ ਵੀਡੀਓ ਪਾਈ ਉਹਦਾ ਪਾਰਟ 2 ਹੈ। ਅਤੇ ਗਾਈਸ, ਆਪਾਂ ਰਾਤ ਜਿਵੇਂ ਤਵੀਆਂ ਮਾਰਤੀਆਂ ਸੀ ਦੋਰ, ਆ ਸਵੇਰੇ ਮੈਂ ਇੱਥੇ ਰੋਟਾਵੇਟਰ ਮਾਰਤਾ ਸੀ, ਆ ਵੇਖੋ ਐਂ ਵਧੀਆ ਬਣ ਗਈ। ਅਤੇ ਹੁਣ ਆਪਾਂ ਸਵਾਗਾ ਮਾਰਾਂਗੇ ਅਤੇ ਫਿਰ ਸਵੇਰੇ ਕਣਕ ਘੇਰਾਂਗੇ। ਅਤੇ ਗਾਈਸ, ਜਿਵੇਂ ਕੱਲ੍ਹ ਹਨੇਰਾ ਹੋ ਗਿਆ ਸੀ ਡੈਡੀ ਨੂੰ ਆਉਂਦਿਆਂ ਆਉਂਦਿਆਂ, ਅਤੇ ਇਹਨੂੰ ਆਪਾਂ ਸੁਹਾਗਾ ਨਹੀਂ ਫੇਰਿਆ, ਅਤੇ ਹੁਣ ਆਪਾਂ ਨੂੰ ਲੱਗ ਗਿਆ ਸੁਹਾਗਾ ਫੇਰਨ। ਪੈਲੀ ਵੇਖੋ ਐਂ ਵਾਹ ਕੇ ਬਣਦੀ, ਵੈਸੇ ਅਸਲ ਤਾਂ ਪੈਲੀ ਇਹ ਵਾਹ ਕੇ ਬੀਜਣ ਲੱਗੇ, ਉੱਧਰ 2 ਕਿਲੋ ਉਵੇਂ ਬੀਜਣ ਲੱਗੇ। ਹੁਣ ਇਹ ਬਸ ਫੇਰਦੇ ਆ ਸੁਹਾਗਾ। ਆਹ ਜਿਹੜੀ ਆਪਾਂ ਥਾਂ ਵਾਹੀ ਸੀ, ਇੱਥੇ ਆਪਾਂ ਵੇਖੋ ਸਬਜ਼ੀਆਂ ਸੁਬਜ਼ੀਆਂ ਸਾਰੀਆਂ ਬੀਜੀਆਂ। ਆਲੂ ਬੀਜਣੇ ਐਤਕੀ ਨਵੀਂ ਤਕਨੀਕ ਨਾਲ, ਉੱਪਰ ਆ ਪਾਲਕ ਪੁਲਕ, ਧਨੀਆ ਧੁਨੀਆ। ਇੱਧਰ ਨਾਲ ਜਿਹੜੀ ਕੋਠੀ ਥਾਂ ਸੀ ਇਹ ਵੀ ਆਪਾਂ ਵਾਹ ਤੀ ਹੈ। ਇੱਥੇ ਵੀ ਉਹ ਵੇਖੋ, ਇੱਥੇ ਆਪਾਂ ਗੰਢੇ ਬੀਜਦੇ ਨੇ। ਇੱਥੇ ਆਪਾਂ ਸਰੋਂ ਅਤੇ ਮਟਰ ਬੀਜਦੇ ਨੇ। ਹਾਂ ਵੇਖੋ ਆਹ ਥਾਂ ਵਾਹੀ ਸੀ। ਉੱਪਰ ਆ ਡੈਡੀ ਪੱਠੇ ਬੀਜਦਾ ਪਿਆ ਚਾਚੇ ਕੇ। ਸੁਹਾਗਾ ਫੇਰਨ ਲੱਗ ਪਏ ਹਾਂ। ਨਵਾਂ ਚੈਨਲ ਤੇ ਗਾਈਸ, ਅੱਜ ਆਪਾਂ ਲੱਗੇ ਹਾਂ ਕਣਕ ਘੇਰਨ। ਅੱਗੇ ਇੰਨੀ ਘੇਰ ਗਏ ਹਾਂ ਕਿੱਲਾ ਕ, ਮੀਂਹ ਪੈਣ ਲੱਗ ਪਿਆ ਸੀ, ਮੀਂਹ ਦੇ ਵਿੱਚ ਇੰਨੀ ਇੱਕ ਗੱਟਾ ਦਾ ਕਣਕ ਘੇਰ ਗਏ ਹਾਂ, ਕਿੱਲਾ ਘੇਰ ਗਏ ਹਾਂ, ਇਹ 2 ਕਿੱਲੇ ਆ। ਹੁਣ ਫਿਰ ਬੀਬੂ ਪਾ ਕੇ ਲੈ ਆਉਂਦੀ ਹੈ। ਅੱਗੇ ਇੰਨੀ ਕੁ ਮੀਂਹ ਦੇ ਵਿੱਚ ਘੇਰ ਘੁਰ ਗਏ ਹਾਂ। ਨਾਲੇ ਗਾਈਸ, ਕਮੈਂਟ 'ਚ ਕੰਗਰੈਚੁਲੇਸ਼ਨ ਲਿਖਣਾ ਨਾ ਭੁੱਲਣਾ, ਜੇ ਆਪਾਂ ਨਵੀਆਂ ਚੱਪਲਾਂ ਲੈ ਆਉਂਦੀਆਂ ਨੇ। ਮਜ਼ਾਕ ਕਰਦਾ ਗਾਈਸ, ਥੋੜ੍ਹਾ ਵਲੌਗ ਫਣੀ ਵੀ ਅੱਜ ਤੋਂ ਬਾਅਦ ਆਪਾਂ ਬਣਾਇਆ ਕਰਾਂਗੇ। ਅੱਗੇ ਮੀਂਹ ਪੈ ਗਿਆ, ਥਾਂ ਗਿੱਲੀ ਹੋ ਗਈ, ਇੰਟਰੇਟਰ ਸਲਿੱਪ ਮਾਰਨ ਲੱਗ ਪਿਆ। ਲਓ ਵੀ ਆਹ ਕਣਕ ਘੇਰੀ ਗਈ ਹੈ, ਆਹ ਲਾਸਟ ਕਿਹੜਾ ਰਹਿ ਗਿਆ, ਅਤੇ ਉੱਤੋਂ ਸੂਰਜ ਵੀ ਨਿਕਲ ਆਇਆ। ਬੱਦਲ ਥੋੜ੍ਹਾ ਬਹੁਤ ਹੈਗਾ ਪਰ ਧੁੱਪ ਵੀ ਨਿਕਲ ਆਈ ਹੈ। ਲਾਸਟ ਕਿਹੜਾ ਰਹਿ ਗਿਆ, ਫਿਰ ਉਹ ਜਿਹੜੀ ਵਾਹੀ ਹੈ ਉਹ ਘੇਰਦੇ ਹਾਂ। ਲਓ ਵੀ ਉੱਧਰ ਕਣਕ ਘੇਰਿਆ, ਹੁਣ ਇੱਧਰ ਘੇਰਨ ਲੱਗੇ ਹਾਂ। ਅੱਕ ਨਾਲਕ ਥਾਂ ਛੱਡਣੀ ਮਿਣ ਕੇ ਇੱਥੇ ਧਨੀਆ ਘੇਰਨਾ। ਇਹਦੇ 'ਚ ਵੱਟ ਵੁੱਟ ਫੇਰ ਪਾਵਾਂਗੇ ਘੇਰ ਕੇ। ਗਾਈਸ, ਘੇਰੇਗੀ ਕਣਕ, ਆ 2 ਗੇੜੇ ਰਹਿ ਗਏ। ਗਾਈਸ, ਹੁਣ ਰੋਟਾਵੇਟਰ ਦੇ ਗੇੜੇ ਮਾਰਦੇ।
ਕੇਰੀ ਕਣਕ ਤੇ ਰੋਟਾ ਟੁੱਟ ਤੇ ਗੇੜੇ ਮਾਰਦੇ ਸੀ ਹੁਣ ਵੱਟਾਂ ਪਾਉਂਦੇ ਅਸੀਂ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ 'ਤੇ ਨਵੇਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕਸ ਫੋਰ ਵਾਚਿੰਗ ਬਾਏ ਬਾਏ